ਅਸੀਂ ਵੀ ਕਹਿੰਦੇ ਹਾਂ ਸਾਡਾ ਖਾਲਿਸਤਾਨ ਹੁੰਦਾ ਸਾਡੇ ਨਾਲ ਇਹ ਕੁਝ ਨਹੀਂ ਸੀ ਕਿਉਂ ਸਾਡੇ ਗੁਰੂ ਦੇ ਸਿੰਘ ਮੌਤ ਚੋਂ ਵੀ ਕੱਢ ਲਿਆਉਂਦੇ ਕਹਿੰਦੇ ਕਿਸੇ ਦਾ ਘਰ ਉੱਜੜਦਾ ਵੇਖ ਕੇ ਨਾ ਸਾਰੇ ਖੁਸ਼ ਆ ਵੀ ਉਹਦਾ ਉੱਜੜ ਗਿਆ ਫਿਰ ਕੀ ਹੋਇਆ ਜਿੱਦਣ ਆਪਦੇ ਤੇ ਪੈਂਦੀ ਹੈ ਨਾ ਪਤਾ ਉਦਣ ਲੱਗਦਾ ਜਿੱਦਣ ਇਹਨਾਂ ਦੇ ਬੱਚਿਆਂ ਨਾਲ ਹੋਊਗਾ ਨਾ ਪਤਾ ਉਦਣ ਲੱਗਣਾ ਅੱਖਾਂ ਇਹਨਾਂ ਦੀਆਂ ਉਦਣ ਖੁੱਲਣੀਆਂ ਕੀ ਕਰਨਾ ਬਾਦਲਾਂ ਦੀ ਤੇ ਮੋਦੀ ਦੀ ਮਿਲੀ ਭਗਤ ਜੋ ਇਸ ਟਾਈਮ ਹੈਗੀ ਹੈ ਇਹ ਏਰੀਆ ਡੁੱਬਦਾ ਨਹੀਂ ਪਿਆ ਇਹ ਡੋਬ ਦਿੱਤਾ ਗਿਆ ਇਹ ਜਾਣ ਬੁੱਝ ਕੇ ਚੱਲੀ ਹੋਈ ਚਾਲ ਹੈ ਅਸਲਾਮ ਅਲੈਕੁਮ ਨਾਜ਼ਰੀਨ ਪ੍ਰੋਗਰਾਮ ਅੰਦਰ ਕੀ ਬਾਤ ਕੇ ਸਾਥ ਮੈਂ ਹੂੰ ਆਪਕਾ ਮੇਜ਼ਬਾਨ ਤਾਰਿਕ ਇਸਮਾਈਲ ਸਾਗਰ ਨਾਜ਼ਰੀਨ ਭਾਰਤ ਮੇਂ ਬਰਸਰੇ ਇਕਤਦਾਰ ਖਸਤਾਈ ਹਕੂਮਤ ਕੇ ਕਾਰਨਾਮੇ ਹਰ ਰੋਜ਼ ਕੋਈ ਨਾ ਕੋਈ ਨਈ ਜਹਿਤ ਲੈ ਕੇ ਆਪਕੇ ਸਾਹਮਣੇ ਆਤੇ ਹੈ ਤਾਜ਼ਾ ਤਰੀਨ ਵਾਰਦਾਤ ਜੋ ਸਿੱਖੋ ਕੇ ਸਾਥ ਕੀ ਗਈ ਹੈ ਉਨਕੋ ਕਸ਼ਮੀਰੀਓਂ ਕੀ ਹਿਮਾਇਤ ਕੀ ਸਜ਼ਾ ਦੇਣੇ ਕੇ ਲੀਏ ਪੂਰੇ ਮਸ਼ਰਕੀ ਪੰਜਾਬ ਕੋ ਦਰਿਆ ਬੁਰਦ ਕਰਨੇ ਕਾ ਮਨਸੂਬਾ ਬਣਾਇਆ ਜਾ ਰਹਾ ਹੈ ਭਾਰਤੀ ਹਕੂਮਤ ਨੇ ਭਾਖੜਾ ਡੈਮ ਕੇ ਗੇਟ ਖੋਲ ਕਰ ਮਸ਼ਰਕੀ ਪੰਜਾਬ ਮੇਂ ਸੈਲਾਬ ਕੀ ਸੂਰਤ ਹਾਲ ਪੈਦਾ ਕਰਦੀ ਹੈ ਜਲੰਧਰ ਰੋਪੜ ਸ੍ਰੀ ਅਨੰਦਪੁਰ ਸਾਹਿਬ ਔਰ ਮੋਲੇ ਕਾ ਸੈਂਕੜੋ ਦਿਹਾਤ ਤਬਾਹੋ ਬਰਬਾਦ ਹੋ ਗਏ ਹੈ ਹਜ਼ਾਰੋਂ ਏਕੜ ਪੇ ਫੈਲੀ ਫਸਲੇ ਤਬਾਹ ਹੋ ਗਈ ਹੈ ਔਰ ਸਿੱਖ ਵਿਦਵਾਨ ਮਾਹਰੀਨ ਇਸੇ ਇੱਕ ਸਾਜਿਸ਼ ਕਰਾ ਦੇ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਦੀਗਰ ਸੂਬੋ ਕੋ ਬਚਾਨੇ ਕੇ ਲੀਏ ਪੰਜਾਬ ਕੋ ਦਰਿਆ ਕੇ ਸੈਲਾਬ ਕੀ ਭੇਂਟ ਚੜਾ ਦਿਆ ਗਿਆ ਨਾਜ਼ਰੀਨ ਸਿੱਖੋ ਕਾ ਜੁਰਮ ਕਿਆ ਹੈ ਆਜ ਆਪ ਅਗਰ ਸੂਰਤ ਹਾਲ ਕਾ ਜਾਇਜ਼ਾ ਲੇਂ ਤੋ ਪੰਜਾਬ ਕੀ ਧਰਤੀ ਕੋ ਬਾਂਝ ਕਰਨੇ ਕੇ ਲੀਏ ਤਵੀਲ ਅਰਸੇ ਸੇ ਇੱਕ ਮਨਸੂਬਾ ਬੰਦੀ ਕੇ ਤਹਿਤ ਇੱਕ ਸ਼ੜਯੰਤਰ ਚਲਾਇਆ ਜਾ ਰਹਾ ਹੈ ਸਭ ਤੋਂ ਪਹਿਲੇ ਉਨਕੋ ਜੈਲੀ ਖਾਦ ਦੀ ਗਈ ਦੋ ਨੰਬਰ ਬੀਜ ਦੀਏ ਗਏ ਫਸਲੇ ਤਬਾਹ ਕੀ ਗਈ ਜ਼ਮੀਨ ਕੋ ਬਾਂਝ ਕੀਆ ਗਿਆ ਔਰ ਅਬ ਕਿਸਾਨੋ ਕੋ ਜ਼ਰਾਈ ਕਰਜ਼ੇ ਦੇ ਕੇ ਸੈਂਕੜੋਂ ਕੀ ਤਾਦਾਦ ਮੇਂ ਖੁਦਕੁਸ਼ੀਓਂ ਪੇ ਮਜਬੂਰ ਕੀਆ ਗਿਆ ਇਸਕੇ ਬਾਵਜੂਦ ਕਿ ਨਸ਼ੇ ਕੀ ਆਗ ਸੇ ਉਨਕੇ ਨੌਜਵਾਨ ਨਸਲ ਕੋ ਜਲਾ ਦਿਆ ਗਿਆ ਸਿੱਖ ਆਪਣਾ ਵਜੂਦ ਕਾਇਮ ਰੱਖਣੇ ਮੇਂ ਕਾਮਯਾਬ ਰਹੇ ਥੇ ਸਿੱਖ ਆਪਣੀ ਅਲੈਦਗੀ ਪਸੰਦ ਤਹਿਰੀਕ ਤੋਂ ਚਲਾ ਹੀ ਰਹੇ ਹੈ ਨਾਜ਼ਰੀਨ ਲੇਕਿਨ ਉਨ੍ਹਾਂ ਹਾਲ ਹੀ ਮੇਂ ਕਸ਼ਮੀਰ ਮੇਂ ਹੋਣੇ ਵਾਲੇ ਜ਼ੁਲਮ ਓ ਸਿਤਮ ਕੇ ਖਿਲਾਫ ਆਵਾਜ਼ ਬੁਲੰਦ ਕੀ ਕਸ਼ਮੀਰੀਓਂ ਕੀ ਹਮਾਇਤ ਕਾ ਐਲਾਨ ਕੀਆ ਉਨਕੀ ਹੱਕ ਮੇਂ ਭਾਰਤ ਔਰ ਬੈਰੂਨ ਭਾਰਤ ਮਜ਼ਾਹਰੇ ਕੀਏ ਜੋ ਭਾਰਤੀ ਹਕੂਮਤ ਕੇ ਲੀਏ ਨਾਕਾਬਲੇ ਬਰਦਾਸ਼ਤ ਹੈ ਨਾਜ਼ਰੀਨ ਪੁਲਵਾਮਾ ਕੇ ਮਸਲੇ ਪਰ ਵੀ ਯਹੀ ਸੂਰਤ ਹਾਲ ਪੈਦਾ ਹੋਈ ਸੀ ਜਬ ਪੁਲਵਾਮਾ ਮੇਂ ਧਮਾਕਾ ਕੀਆ ਗਿਆ ਔਰ ਪੂਰੇ ਹਿੰਦੁਸਤਾਨ ਮੇਂ ਕਸ਼ਮੀਰੀਓਂ ਪਰ ਇੱਕ ਕਿਆਮਤ ਬਰਪਾ ਹੋ ਗਈ ਤੋ ਯਹੀ ਸਿੱਖ ਥੇ ਜੋ ਉਨਕੀ ਮਦਦ ਕੇ ਲੀਏ ਆਏ ਉਨ੍ਹੇ ਆਪਣੇ ਗੁਰਦੁਆਰੋਂ ਮੇਂ ਪਨਾਹ ਦੀ ਉਨ੍ਹੇ ਮਹਿਫੂਜ਼ ਉਨਕੇ ਘਰੋਂ ਤੱਕ ਪਹੁੰਚਾਇਆ ਅਬ ਵੀ ਯਹੀ ਕੀਆ ਜਾ ਰਹਾ ਹੈ 34 ਕਸ਼ਮੀਰੀ ਮੁਸਲਮਾਨ ਲੜਕੀਓਂ ਕੋ ਸਿੱਖੋਂ ਕਾ ਇੱਕ ਕਾਫਲਾ ਜੈਸੇ ਹੀ ਭਾਰਤ ਕੇ ਮੁਖਤਲਿਫ ਸ਼ਹਿਰੋਂ ਸੇ ਜਮ੍ਹਾਂ ਕਰਕੇ ਸ੍ਰੀਨਗਰ ਔਰ ਦੀਗਰ ਮਜ਼ਾਫਾਤ ਮੇਂ ਉਨਕੇ ਘਰੋਂ ਤੱਕ ਪਹੁੰਚਾ ਕਰ ਆਇਆ ਅਗਲੇ ਰੋਜ਼ ਭਾਖੜਾ ਡੈਮ ਕੇ ਦਰਵਾਜ਼ੇ ਖੋਲ ਦੀਏ ਗਏ ਯੇ ਉਨਕੋ ਸਬਕ ਦੇਣੇ ਕੀ ਕੋਸ਼ਿਸ਼ ਕੀ ਗਈ ਯਹੀ ਸੂਰਤ ਹਾਲ ਭਾਰਤ ਕੇ ਦੀਗਰ ਇਲਾਕੋਂ ਮੇਂ ਵੀ ਆਪਕੋ ਦਿਖਾਈ ਦੇਗੀ ਜਹਾਂ ਜਹਾਂ ਬ੍ਰਾਹਮਣ ਸਾਮਰਾਜ ਕਾ ਹਾਥ ਪੜਤਾ ਹੈ ਜਹਾਂ ਜਹਾਂ ਬ੍ਰਾਹਮਣ ਸਾਮਰਾਜ ਕੋ ਆਪਣੇ ਖਿਲਾਫ ਕੁਛ ਵੀ ਦਿਖਾਈ ਦੇ ਵੋ ਸਭ ਕੁਛ ਕੋ ਤਬਾਹੋ ਬਰਬਾਦ ਕਰਨੇ ਵਿੱਚ ਤੁਲ ਜਾਤਾ ਹੈ ਨਾਜ਼ਰੀਨ ਸਤਲੁਜ ਜਮਨਾ ਮੇਂ ਤੋ ਪਾਣੀ ਬਹੁਤ ਜ਼ਿਆਦਾ ਬੜ ਗਿਆ ਹੈ ਲੇਕਿਨ ਸਿੱਖ ਇਹ ਸਵਾਲ ਖੜਾ ਕਰ ਰਹੇ ਹੈ ਕਿ ਆਖਰ ਬਿਆਸ ਮੇਂ ਪਾਣੀ ਕਿਉਂ ਕਮ ਹੈ ਵੋ ਇਸ ਲਈ ਕਮ ਹੈ ਜਿਸ ਕਾ ਜਵਾਬ ਸਿੱਖ ਮਾਹਿਰ ਨੇ ਦਿਆ ਹੈ ਕਿ ਬਿਆਸ ਕਾ ਪਾਣੀ ਰੋਕ ਕੇ ਦਰਅਸਲ ਉਨਕੇ ਦਿਹਾਤੋਂ ਕੀ ਤਰਫ ਮੋੜ ਦਿਆ ਗਿਆ ਹੈ ਇਸ ਵਕਤ ਜੰਗੀ ਤਬਾਹੀ ਕੀ ਸੂਰਤ ਹਾਲ ਮਸ਼ਰਕੀ ਪੰਜਾਬ ਮੇਂ ਪੈਦਾ ਹੋ ਚੁੱਕੀ ਹੈ ਨਾਜ਼ਰੀਨ ਉਨਕੀ ਮਦਦ ਨਹੀਂ ਕੀ ਜਾ ਰਹੀ ਸਰਕਾਰੀ ਤੌਰ ਪੇ ਕਿਸੀ ਐਲਾਨ ਕੀ ਵੋ ਤਵੱਕੋ ਹੀ ਨਹੀਂ ਕਰ ਰਹੇ ਆਪਣੀ ਮਦਦ ਆਪਕੇ ਤਹਿਤ ਜੋ ਬੰਦ ਵੋ ਤਮੀਰ ਕਰਤੇ ਹੈ ਅਗਲੇ ਰੋਜ਼ ਸੈਲਾਬ ਕਾ ਰੇਲਾ ਉਸੇ ਬਹਾ ਕੇ ਲੈ ਜਾਤਾ ਹੈ ਕਿਆ ਇਨ ਇਕਦਾਮਾਤ ਸੇ ਭਾਰਤ ਕੀ ਫਿਸਤਾਈ ਹਕੂਮਤ ਬ੍ਰਾਹਮਣ ਸਾਮਰਾਜ ਆਪਣੇ ਮਫਾਦਾਤ ਹਾਸਲ ਕਰ ਲੇਗਾ ਨਾਜ਼ਰੀਨ